ਤੇ ਜਨਾਨੀ ਮਰ ਕੇ ਵੀ ਚੜੇਲ ਦੀ ਚੜੇਲ ਦੀ ਰਹਿੰਦੀ ਆ। ਬਾਰ ਬਾਰ ਸਾਰਿਆਂ ਨੂੰ ਕਹਿੰਦੀ ਹਾਂ ਕਿ ਮੇਰੇ ਤੋਂ ਕੋਈ ਡਰਦਾ ਨਹੀਂ ਆ, ਤਾਂ ਉਸ ਕਰਕੇ ਮੈਂ ਕਿਹਾ ਮੈਂ ਫਿਲਮ ਇਹੋ ਜਿਹੀ ਕਰਦੀ ਹਾਂ ਕਿ ਚੁੜੈਲ ਚੁੜੈਲ ਲੋਕ ਮੇਰੇ ਤੋਂ ਡਰਨਗੇ, ਇੰਨੀ ਨਲੈਕ ਚੁੜੈਲ। 25 year old kyun lagde hai, saade to bhi young lagde hai, 25 year old ha yeah nu chugliyan ch maza bahut aunda hai, mere kol nahi hundiyan par je koi mainu dass de, mainu koi de de, main bahut khushi khushi sunti hai, main mainu jatt chahida hai, main kaha ji aao ji we are in your service, dasso ma'am ki hai chudela ki hundi hai na, piche gaana vajda hai aa ਮੈਂ ਕਿਹਾ ਦੂਜੇ ਟਾਈਪ ਦੇ ਆ ਮੀ ਜੇ ਤੂੰ ਮਾਰ ਹੈ ਨਾ, ਮੈਂ ਕਿਹਾ ਇਹ ਕਾ ਚੜੇਲ ਆ, ਹਾਏ ਬੂ ਹਾਏ ਬੂ ਹਾਏ ਬੂ, ਮੈਂ ਕਿਹਾ ਕਰਕੇ ਕਹਿੰਦੇ ਯਾਰ ਇੰਨੀ ਸੋਹਣੀ ਚੜੇਲ ਤੁਸੀਂ ਰੱਖ ਲਈ, ਮੈਂ ਕਿਹਾ ਜੀ ਫੇਰ ਮੈਂ ਉਹੀ ਗੱਲ ਦੱਸਦਾ ਰਹਿਣਾ, ਉਹ ਮੈਂ ਕਿਹਾ ਪੰਦਰੋਂ ਅਸੀਂ ਨਹੀਂ ਰੱਖੀ, ਚੜੇਲ ਨੇ ਅੱਗੇ ਜਾ ਰੱਖਿਆ ਯਾਰ ਸਮਝੋ। ਅੱਜ ਅਸੀਂ ਅਜਿਹੀ ਜਗ੍ਹਾ 'ਤੇ ਪਹੁੰਚੇ ਹਾਂ, ਸੰਸਨੀ ਜਗ੍ਹਾ ਤੁਸੀਂ ਦੇਖ ਰਹੇ ਹੋ, ਜੋ ਇੱਥੋਂ ਦਾ ਵਿਊ ਹੈਗਾ, ਪਰ ਜੋ ਅੱਜ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ, ਜੋ ਇੱਥੇ ਤੁਸੀਂ ਜ਼ਰੂਰ ਇਸ ਵੀਡੀਓ ਨਾਲ ਜੁੜੇ ਰਹੋ ਐਂਡ ਤੱਕ, ਇਸ ਜਗ੍ਹਾ ਦਾ ਜੋ ਤੁਸੀਂ ਵਿਊ ਦੇਖ ਰਹੇ ਹੋ, ਇੱਥੇ ਚੁੜੇਲਾਂ ਦਾ ਵਾਸ ਹੈਗਾ। ਤਾਂ ਉਹ ਚੁੜੇਲਾਂ ਕਹਿੰਦੇ ਨੇ ਬੰਦੇ ਨੂੰ ਆਪਣੇ ਵਸ ਵਿੱਚ ਕਰ ਲੈਂਦੀਆਂ ਨੇ, ਪਰ ਅੱਜ ਸੁਣਨ 'ਚ ਹੈ ਕਿ ਉਸ ਜਗ੍ਹਾ 'ਤੇ ਅੱਜ ਤਾਂਤਰਿਕ ਵੀ ਪਹੁੰਚੇ ਨੇ, ਜਿਹੜੇ ਕਿ ਉਹ ਚੁੜੇਲਾਂ ਨੂੰ ਵਸ ਵਿੱਚ ਕਰਨ ਲਈ ਅੱਜ ਅਸੀਂ ਉਹ ਜਗ੍ਹਾ 'ਤੇ ਪਹੁੰਚੇ ਹਾਂ। ਤੁਸੀਂ ਦੇਖ ਸਕਦੇ ਹੋ ਕਿਵੇਂ ਭੂਤ ਸ਼ਰੇਆਮ ਫਿਰਦੇ ਨੇ, ਇੱਥੇ ਆਵਾਜ਼ਾਂ ਵੀ ਅਜਿਹੀਆਂ ਆ ਰਹੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਅੰਦਰ ਜਿਹੜਾ ਥਰ 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 ਕੰਬ ਰਿਹਾ। ਤੁਹਾਨੂੰ ਚੁੜੇਲ ਨਾਲ ਵੀ ਮਿਲਾਉਂਦੇ ਹਾਂ, ਅਤੇ ਜਿਹੜੇ ਤਾਂਤਰਿਕ ਇੱਥੇ ਪਹੁੰਚੇ ਨੇ, ਬਿਲਕੁਲ ਤਾਂਤਰਿਕ ਤੁਹਾਡੇ ਸਾਹਮਣੇ ਨੇ, ਚੁੜੇਲ ਤੁਹਾਡੇ ਸਾਹਮਣੇ, ਰੂਪੀ ਗਿੱਲ, ਗਿੱਪੀ ਭਾਜੀ। ਸਭ ਤੋਂ ਪਹਿਲਾਂ ਭਾਜੀ ਬਹੁਤ ਵਧੀਆ ਲੱਗਿਆ ਅਜਿਹਾ ਸੈੱਟ ਦੇਖ ਕੇ, ਅਤੇ ਜਿਹੜੀ ਫਿਲਮ ਦਾ ਨਾਂ ਹੈ ਜਿਹੜੀ ਕਿ 15 ਮਾਰਚ ਨੂੰ ਵਰਲਡ ਵਾਈਡ ਜਿਹੜੀ ਕਿ ਇਸ ਸਮੇਂ ਰਿਲੀਜ਼ ਹੋ ਰਹੀ ਹੈ ਜੀ। ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ, ਸਾਨੂੰ ਤਾਂ ਬਹੁਤ ਐਕਸਾਈਟਮੈਂਟ ਹੈ ਜੀ, ਔਰ ਇੱਦਾਂ ਦਾ ਮਾਹੌਲ ਕਿ ਦੇਖਿਆ ਨਹੀਂ, ਪਰ ਵੈਸੇ ਮੈਂ ਦੇਖਣ ਵਾਲਿਆਂ ਨੂੰ ਦੱਸ ਦੇਵਾਂ ਵੀ ਆਹ ਜਿਹੜਾ ਭੂਤਾਂ ਭੱਤ ਭੂਤੀਆ ਜਿਹਾ ਮਾਹੌਲ ਆ, ਇਹ ਇੱਥੇ ਹੀ ਆ ਜ਼ਿਆਦੇ ਫਿਲਮ ਦੇ ਵਿੱਚ, ਭੂਤ ਹਾਸੇ ਵਾਲੀ ਉਹ ਆ ਸਾਡੀ, ਆਹੀ ਭੂਤ ਆ ਸਾਡੀ, ਆਹੀ ਚੜੇਲ ਆ ਸਾਡੀ। ਭਾਜੀ ਸੱਚੀ, ਜੇ ਮੈਂ ਐਂਕਰ ਕਰਕੇ ਆ ਰਹੀ ਸੀ ਤਾਂ ਸੱਚੀ ਦਿਲ ਕੰਬਣ ਲੱਗ ਗਿਆ, ਪਤਾ ਨਹੀਂ ਕੀ ਚੱਕਰ ਹੈਗਾ ਜਿੱਥੇ, ਮਤਲਬ ਵਾਕਈ ਕੋਈ ਨਾ ਕੋਈ ਹੈ। ਫਿਲਮ ਦਿਲ ਕਮਾਉਣ ਵਾਲੀ ਨੀਗੀ, ਇਹ ਇੰਟਰਵਿਊ ਹੀ ਅਸੀਂ ਰੱਖਿਆ ਸੀਗਾ ਵੀ ਆ ਕੇ ਸਾਨੂੰ ਪੁੱਛਦੇ ਅਤੇ ਸਵਾਲ ਪੁੱਛਦੇ ਨੇ, ਅੱਜ ਇਹਨਾਂ ਨੂੰ ਭੂਤਾਂ ਵਾਲੇ ਪਾਸੇ ਘੇਰੀਏ ਸੀ। ਸੋ ਇੱਥੇ ਹੀ ਇੱਦਾਂ ਵਾ, ਉੱਦਾਂ ਫਿਲਮ ਤਾਂ ਬਹੁਤ ਲਾਈਟ ਹਾਰਟਡ ਫਿਲਮ ਹੈ, ਹਾਂ ਬਹੁਤ, ਜਿਹੜਾ ਡਾਇਲੋਗ ਤੁਸੀਂ ਦੇਖਿਆ ਆ ਉਹ ਕਹਿੰਦਾ ਬੰਦਾ ਮਰ ਕੇ ਭੂਤ ਬਣ ਜਾਂਦਾ ਹੈ, ਅਤੇ ਜਨਾਨੀ ਮਰ ਕੇ ਵੀ ਚੜੇਲ ਦੀ ਚੜੇਲ ਹੀ ਰਹਿੰਦੀ ਆ। ਭਾਅ ਜੀ ਤੁਹਾਡੇ ਨਾਲ ਕਹਿੰਦਾ, ਜਦੋਂ ਤੁਹਾਡੀਆਂ ਫਿਲਮਾਂ ਆਉਂਦੀਆਂ ਨੇ, ਅਸੀਂ ਨਾ ਕੱਲ੍ਹ ਮਾਰਕੀਟ 'ਚ ਰਿਵਿਊ ਕਰ ਰਹੇ ਸੀ, ਕਹਿੰਦੇ ਗਿੱਪੀ ਭਾਈ ਦੀ, ਜਦੋਂ ਮੈਂ ਉਹਨਾਂ ਨੂੰ ਕਹਿੰਦਾ ਗਿੱਪੀ ਗਰੇਵਾਲ, ਕਹਿੰਦੇ ਨੇ ਗਿੱਪੀ ਦੇ ਨਾਲ ਭਾਅ ਜੀ ਲਾਉਣਾ ਬਹੁਤ ਜ਼ਰੂਰੀ ਹੈਗਾ। ਅੱਛਾ ਜੀ, ਬੜਾ ਵਧੀਆ, ਥੈਂਕ ਯੂ ਮਹਾਰਾਜ। ਅਤੇ ਸਾਡੇ ਨਾਲ ਸਰਗੁਣ ਜੀ, ਤੁਸੀਂ ਵੱਡੇ ਚੜੇਲ ਹੈਗੇ ਉਹਨਾਂ ਦੇ 'ਚ, ਅਤੇ ਚੜੇਲ ਫਿਰ ਸ਼ੱਕ ਆ ਰਹੀ ਕਿ ਮਾਸਾ ਆ ਰਹੀ ਹੈ? ਨਹੀਂ ਨਹੀਂ, ਮੈਂ ਤਾਂ ਜਦੋਂ ਦੀ ਮਤਲਬ ਮੈਂ ਚੜੇਲ ਬਣੀ ਹਾਂ, ਮੈਂ ਤਾਂ ਨੋਰਮਲ ਦਾਲ ਚਾਵਲ ਵੀ ਮੇਰੇ ਗਲ ਤੋਂ ਥੱਲੇ ਨਹੀਂ ਗਏ, ਮੈਂ ਬਹੁਤ ਮਤਲਬ ਜਦੋਂ ਮੈਂ ਕੋਈ ਵੀ ਰੋਲ ਕਰਦੀ ਹਾਂ ਨਾ, ਮੈਨੂੰ ਐਂ ਲੱਗਦਾ ਕਿ ਉਹਨੂੰ ਪੂਰੀ ਤਰ੍ਹਾਂ ਨਿਭਾਉਣਾ ਚਾਹੀਦਾ ਬੰਦਾ। ਹਾਂਜੀ, ਮੈਂ ਬੰਦੇ ਹੋ ਗਏ, ਹੱਡੀਆਂ ਹੋ ਗਈਆਂ, ਹੈ ਨਾ, ਆਹ ਜਿਹੜੇ ਵੀ ਤੁਸੀਂ ਆਹ ਦੇਖ ਰਹੇ ਹੋ, ਆਹ ਬੰਦੇ ਮੈਂ ਖਾ ਕੇ ਫਿਰ ਜਿਹੜਾ ਜੋ ਬੱਚਾ ਆ ਉਹ ਇੱਥੇ ਆ। ਬਟ ਵੈਸੇ ਕਮਾਲ ਦੀ ਗੱਲ ਦੱਸਾਂ, ਮੈਂ ਨਾ ਬੜੀ ਸਾਫ਼ ਸੁਥਰੀ ਖੋਪੜੀ ਲਾ ਰਹੀ ਹੈ ਰਵੀ, ਮੈਂ ਬਾਰ ਬਾਰ ਸਾਰਿਆਂ ਨੂੰ ਕਹਿੰਦੀ ਹਾਂ ਕਿ ਮੇਰੇ ਤੋਂ ਕੋਈ ਡਰਦਾ ਨਹੀਂ ਆ, ਤਾਂ ਉਸ ਕਰਕੇ ਮੈਂ ਕਿਹਾ ਮੈਂ ਫਿਲਮ ਇਹੋ ਜਿਹੀ ਕਰਦੀ ਹਾਂ ਕਿ ਚੁੜੈਲ ਚੁੜੈਲ ਲੋਕ ਮੇਰੇ ਤੋਂ ਡਰਨਗੇ, ਇੰਨੀ ਨਲੈਕ ਚੁੜੈਲ, ਇਹ ਤੋਂ ਵੀ ਕੋਈ ਨਹੀਂ ਡਰਦੇ।
ਦੇਖੋ ਅੰਦਰ ਤਾਂ ਔਰਤ ਹੈ ਨਾ, ਨੋਰਮਲੀ ਆਪਾਂ ਹਾਸੇ ਮਜ਼ਾਕ ਦੀ ਗੱਲ ਹੈ, ਡੋਂਟ ਟੇਕ ਇਟ ਸੀਰੀਅਸਲੀ, ਹਾਸੇ ਮਜ਼ਾਕ ਦੀ ਗੱਲ ਆ। ਲੋਕੀ ਅੱਜ ਕੱਲ੍ਹ ਜਿਹੜੇ ਰੀਲਾਂ ਬਣਾਉਂਦੇ ਨੇ ਉਹ ਕਹਿ ਦਿੰਦੇ ਆ ਇਹ ਸਾਡੀ ਔਰਤ ਹੈ, ਇਹਦੇ ਅੰਦਰ ਚੜੇਲ ਹੈ, ਪਰ ਇਹ ਉਲਟਾ ਹੈ, ਇਹ ਚੁੜੇਲ ਹੈ, ਇਹਦੇ ਅੰਦਰ ਔਰਤ ਹੈ। ਸਾਡੀ ਫਿਲਮ 'ਚ ਵੀ ਇੱਕ ਡਾਇਲੋਗ ਆ, ਉਹ ਕਹਿੰਦੀ ਭੈਣੇ ਤੂੰ ਉਹਨੂੰ ਕੁਛ ਕੀਤਾ ਕਿ ਨਹੀਂ, ਕਹਿੰਦੀ ਤੁਸੀਂ ਸਮਝ ਨਹੀਂ ਰਹੇ, ਮੈਂ ਹੈਗੀ ਤਾਂ ਚੁੜੇਲ ਪਰ ਅੰਦਰ ਤੋਂ ਅੰਦਰੋਂ ਤਾਂ ਔਰਤ ਆ ਨਾ, ਕਹਿੰਦੀ ਮੇਰੇ ਤੋਂ ਨਹੀਂ ਸਹਿ ਹੋਣਾ ਕਿ ਉਹ ਮੇਰੇ ਬਾਰੇ ਕੁਛ ਕਹੂਗੀ, ਮੇਰੇ ਅੰਦਰ ਦੀ ਔਰਤ ਨੂੰ ਬੁਰਾ ਲੱਗੂਗਾ। ਪੈਰ ਚੈੱਕ ਕਰੀਏ, ਪੈਰ ਨਹੀਂ, ਪੈਰ ਤਾਂ ਹੁਣ ਤਾਂ ਸਿੱਧੇ ਹੋ ਗਏ ਲੱਗਦਾ। ਪਤਾ ਕੀ ਆ, ਮੈਂ ਨਾ ਇੰਟਰਵਿਊਜ਼ ਦੇ ਲਈ ਤਾਂ ਕਿ ਲੋਕ ਬਹੁਤਾ ਡਰਨ ਨਾ, ਮੈਂ ਆਪਦੇ ਪੈਰ ਪੂਰ ਜੇ ਆ ਨਕਲੀ ਪੈਰ ਲਵਾਇਆ, ਵੈਸੇ ਮੇਰੇ ਪੁੱਠੇ ਨੇ, ਹਾਂਜੀ ਵੈਸੇ ਮੇਰੇ ਪੁੱਠੇ ਨੇ। ਰੂਪੀ ਜੀ ਬੜੇ ਤੁਹਾਡੇ ਸਾਦਗੀ ਦੇ ਲੋਕ ਬੜੇ ਫੈਨ ਹੈਗੇ ਨੇ, ਕਹਿੰਦੇ ਨੇ ਬੜੇ ਸਾਦਗੀ ਜਿਹੇ ਚ ਰਹਿੰਦੇ ਨੇ, ਸਾਦੇ ਕੱਪੜੇ ਲੀੜ ਜਿਵੇਂ ਪੰਜਾਬੀ ਚ ਕਹਿੰਦੇ ਨੇ ਜੀ ਜੀ, ਥੈਂਕ ਯੂ ਜੀ। ਤਿਆਰੀ ਕਰੀ ਜਾਂਦੀ ਹੈ ਇੰਨੇ ਚੋਸ਼ੇ ਬੋਸ਼ੇ ਕਰਕੇ ਹੀ ਆ, ਕਹਿੰਦੇ ਸਾਦਗੀ ਹੈ। ਓ ਹੋ ਚਲੋ ਕੋਈ ਗੱਲ ਨਹੀਂ ਰੂਪੀ, ਕੱਲ੍ਹ ਨੂੰ ਆ ਕੇ ਆਈ, ਕੱਲ੍ਹ ਨੂੰ ਆ ਕੇ ਆਈ। ਗਿੱਪੀ ਭਾਜੀ ਨਾਲ ਕਿਉਂਕਿ ਇੱਕ ਫਨੀ ਜੇ ਬੰਦੇ ਨੇ, ਜਿਵੇਂ ਵੀ ਇਹਨਾਂ ਦਾ ਇੱਕ ਇਹਨਾਂ ਦਾ ਜਿਹੜਾ ਵੀ ਕੰਮ ਕਰਦੇ ਨੇ ਲੋਕ ਉਹਨਾਂ ਨੂੰ ਫੋਲੋ ਕਰਦੇ ਨੇ। ਬਾਈ ਨੇ ਜਦੋਂ ਵਾਲਾਂ ਦਾ ਸਟਾਈਲ ਜਿਹਾ ਕੱਢਿਆ ਸੀ ਤਾਂ ਮੈਂ ਵੀ ਖੜੇ ਕਰ ਲਏ, ਉਹ ਮੈਨੂੰ ਘਰ ਦੇ ਕਹਿੰਦੇ ਕਿਸੇ ਰਿਆ ਖੁੱਕ ਨਾ ਕੱਢ ਦੀ ਜੈਲ ਜੀ ਲਾ ਲੈਂਦੇ ਸੀ। ਮੈਂ ਐਕਚੁਲੀ ਅੱਜ ਹੀ ਕਹਿ ਕੇ ਹੱਡੀ ਆਪਣੀ ਕਜ਼ਨ ਨੂੰ ਜੋ ਗਿੱਪੀ ਸਰ ਨੰਗੇ, ਮੈਂ ਕਿ ਯਾਰ 25 ਈਅਰ ਓਲਡ ਕਿਉਂ ਲੱਗਦੇ ਆ, ਸਾਡੇ ਤਾਂ ਉਹ ਯੰਗ ਲੱਗਦੇ ਆ। ਹੈ 25 ਈਅਰ ਓਲਡ, ਹਾਂ ਆਈ ਐਮ 25, ਇਹ ਉੱਥੇ ਹੀ ਸਟਕ ਨੇ, ਉਸ ਏਜ ਤੇ ਹੀ ਸਟਕ ਨੇ। ਜੈਲਸੀ ਥੋੜੀ ਜੀ, ਥੋੜੀ ਜੀ, ਥੋੜੀ ਜੀ ਕਰੇ, ਤੁਸੀਂ ਕਿਉਂ ਕਰੋ ਵੀ ਜੈਲਸੀ, ਨਹੀਂ ਹੀ ਸੋ ਚਿਲ, ਲਾਈਕ ਮਤਲਬ ਉਹ ਰਹਿੰਦੀ, ਉਹ ਬਹੁਤ ਚਿਲ ਨੇ। ਆਪਾਂ ਚਲੋ ਜਨਾਨੀ ਪਾਰਟ ਦੇ ਗੱਲ ਕਰਦੇ ਹਾਂ ਹੁਣ, ਜਨਾਨੀਆਂ ਕਹਿੰਦੇ ਨੇ ਵਾਕਈ ਚੁਗਲੀਆਂ ਚੱਕਣੀਆਂ ਜਿਹੜੀਆਂ ਹੁੰਦੀਆਂ ਨੇ ਉਹ ਇੱਕ ਚੜੇਲ ਦਾ ਰੂਪ ਹੀ ਹੁੰਦਾ ਜੇਕਰ ਅਸਾਂ ਜ਼ਿੰਦਗੀ 'ਚ ਗੱਲ ਕਰੀ, ਬਾਕੀ ਜਨਾਨੀ ਬਿਨਾਂ ਸਰਦਾ ਵੀ ਨਹੀਂ ਜੀ, ਚੁਗਲੀਆਂ ਬਿਨਾਂ ਨਹੀਂ, ਅਸੀਂ ਤਾਂ ਨਹੀਂ ਚੁਗਲੀਆਂ ਕੀਤੀਆਂ, ਮੈਂ ਤਾਂ ਸਰਗ ਨੂੰ ਟੈਨਸ਼ਨ 'ਚ ਹੀ ਦੇਖਿਆ ਆ, ਸਰਗ ਨੂੰ ਚੁਗਲੀਆਂ ਤਾਂ ਨਹੀਂ ਕਰਦੀ ਹੈਗੀ ਬਿਲਕੁਲ ਵੀ, ਸਰਗ ਕੰਮ ਕਰਦੀ ਹੈ, ਸ਼ੀ ਡਸਨਟ ਡੂ ਚੁਗਲੀਆਂ। ਹਾਂ ਪਰ ਚੁਗਲੀਆਂ ਨਹੀਂ ਕਰਦੇ, ਬਟ ਮੈਨੂੰ ਚੁਗਲੀਆਂ 'ਚ ਮਜ਼ਾ ਬਹੁਤ ਆਉਂਦਾ, ਮੇਰੇ ਕੋਲ ਨਹੀਂ ਹੁੰਦੀਆਂ, ਪਰ ਜੇ ਕੋਈ ਮੈਨੂੰ ਦੱਸ ਦੇ, ਮੈਨੂੰ ਕੋਈ ਦੇ, ਮੈਂ ਬਹੁਤ ਖੁਸ਼ੀ ਖੁਸ਼ੀ ਸੁਣਦੀ ਹਾਂ। ਮੈਨੂੰ ਹੁੰਦਾ ਕੋਈ ਮੈਨੂੰ ਦੱਸੇ, ਮੈਂ ਲੋਕਾਂ ਨੂੰ ਫੋਨ ਕਰਕੇ ਇਹ ਨਹੀਂ ਕੋਈ ਚੁਗਲੀ ਹੈ ਮੈਨੂੰ ਦੱਸੋ, ਮੈਨੂੰ ਕੋਈ ਹੁੰਦੀ ਨਹੀਂ। ਗਿੱਪੀ ਭਾਅ ਜੀ ਨਵੀਂ ਫਿਲਮ ਆ ਰਹੀ ਹੈ ਚੜੇਲ, ਪਹਿਲਾਂ ਜਿਹੜੀਆਂ ਫਿਲਮਾਂ ਆਈਆਂ ਨੇ ਜਿੰਨਾ ਵੀ ਅਸੀਂ ਦੇਖਿਆ ਕਿ ਲੋਕ ਕਹਿੰਦੇ ਨੇ ਕਿ ਬਾਕੀ ਜਦੋਂ ਗਿੱਪੀ ਆਉਂਦੇ ਤਾਂ ਫਿਰ ਕੋਈ ਨਵਾਂ ਹੀ ਕੁਛ ਆਉਂਦਾ ਸਿਨੇਮੇ ਘਰਾਂ 'ਚ। ਬਿਲਕੁਲ ਜੀ, ਦੇਖੋ ਸਬਜੈਕਟ ਤਾਂ ਬਿਲਕੁਲ ਨਵਾਂ ਹੈ ਅਤੇ ਫਿਲਮ ਇਕੱਲੀ ਚੜੇਲ ਨਹੀਂ ਹੈ, ਜੱਟ ਨੂੰ ਚੜੇਲ ਟੱਕਰੀ ਹੈ, ਜੱਟ ਨੂੰ ਚੜੇਲ ਟੱਕਰੀ। ਚੜੇਲਾਂ ਜ਼ਿਆਦਾ ਸੋਹਣੀ ਨਹੀਂ ਲੈ ਲਈ ਜਿਵੇਂ ਕਹਿੰਦੇ ਨੇ, ਇਹ ਤਾਂ ਦੇਖੋ ਜੀ ਨਹੀਂ ਐਕਚੁਲੀ ਕੀ ਆ, ਚੜੇਲਾਂ ਨੇ ਇਹਨਾਂ ਨੇ ਜੱਟ ਨੂੰ ਲਿਆ ਵਾ, ਕਿਉਂਕਿ ਇਹ ਖੁਦ ਪ੍ਰੋਡਿਊਸਰ ਨੇ, ਇਹਨਾਂ ਨੇ ਮੈਨੂੰ ਫੋਨ ਕੀਤਾ, ਮੈਨੂੰ ਕਹਿੰਦੇ ਮੈਂ ਇੱਕ ਫਿਲਮ ਬਣਾ ਰਹੀ ਹਾਂ ਜੱਟ ਨੂੰ ਚੜੇਲ ਟੱਕਰੀ, ਮੈਂ ਕਿਹਾ ਜੀ ਓਕੇ, ਕਹਿੰਦੇ ਅਤੇ ਚੜੇਲ ਮੈਂ ਹੈ, ਮੈਨੂੰ ਜੱਟ ਚਾਹੀਦਾ ਹੈ, ਮੈਂ ਕਿਹਾ ਜੀ ਆਓ ਜੀ ਵੀ ਆਰ ਇਨ ਯੂਅਰ ਸਰਵਿਸ, ਦੱਸੋ ਮੈਮ ਕੀ ਹੈ। ਇਹਨਾਂ ਨੇ ਦੱਸਿਆ, ਪਲੋਟ ਦੱਸਿਆ, ਔਰ ਮੈਨੂੰ ਐਂ ਲੱਗਦਾ ਕਿ ਇੱਕ ਵਧੀਆ ਸਬਜੈਕਟ ਆ, ਕਿਉਂਕਿ ਦੇਖੋ ਅਕਸਰ ਤੌਰ 'ਤੇ ਜਦੋਂ ਪੰਜਾਬ 'ਚ ਆਪਾਂ ਫਿਲਮਾਂ ਦੀ ਗੱਲ ਕਰਦੇ ਹਾਂ, ਹਿਊਮਰ ਵਾਲੀਆਂ ਫਿਲਮਾਂ, ਹਾਸੇ ਵਾਲੀਆਂ ਫਿਲਮਾਂ ਜ਼ਿਆਦਾ ਭਾਰੂ ਨੇ, ਬਟ ਜਦੋਂ ਅਸੀਂ ਇੱਕ ਤਰ੍ਹਾਂ ਦੀਆਂ ਫਿਲਮਾਂ ਬਣਾਉਂਦੇ ਹਾਂ ਫਿਰ ਸਾਨੂੰ ਲੋਕ ਕਹਿੰਦੇ ਆ ਕੁਛ ਨਵਾਂ ਕਿਉਂ ਨਹੀਂ ਲੈ ਕੇ ਆਉਂਦੇ, ਫਿਰ ਕਾਮੇਡੀ ਦੇ ਵਿੱਚ ਕੀ ਨਵਾਂ ਕੀਤਾ ਜਾਵੇ, ਉਹ ਸਬਜੈਕਟ ਹੀ ਨਵਾਂ ਹੋ ਸਕਦਾ ਹੈ, ਕੋਈ ਰਾਈਟਰ ਇੱਦਾਂ ਦੀ ਚੀਜ਼ ਲਿਖਦੇ ਕੋਈ ਆਊਟ ਆਫ ਦਾ ਬੋਕਸ ਕਿ ਯਾਰ ਆਹ ਹਾਲੇ ਤੱਕ ਆਪਾਂ ਬਣਾਇਆ ਨਹੀਂ, ਸੋ ਇਸ ਤਰ੍ਹਾਂ ਦੀ ਫਿਲਮ ਅੱਜ ਤੱਕ ਕਦੇ ਬਣਾਈ ਨਹੀਂ ਸੀ। ਇੱਕ ਘਰੇਲੂ ਜੀ ਚੜੇਲ
ਕਦੇ ਤੁਸੀਂ ਮਤਲਬ ਤੁਸੀਂ ਚੜੇਲਾਂ ਵਾਲੀਆਂ ਫਿਲਮਾਂ ਦੇਖੀਆਂ ਹੋਣਗੀਆਂ, ਪਰ ਐਂ ਘਰੇਲੂ ਜੀ ਚੜੇਲ ਕਦੇ ਉੱਧਰ ਵੀ ਨਹੀਂ ਦੇਖੀ ਹੋਣੀ, ਹੈ ਨਾ, ਕਦੇ ਬੋਲੀਵੁੱਡ ਦੀਆਂ ਫਿਲਮਾਂ 'ਚ ਜਾਂ ਹਾਲੀਵੁੱਡ ਦੀਆਂ ਫਿਲਮਾਂ 'ਚ। ਸੋ ਫਸਟ ਟਾਈਮ ਇਹ ਸਬਜੈਕਟ ਨੂੰ ਪ੍ਰੋਪਰ ਤਰੀਕੇ ਨਾਲ ਅਟੈਂਪਟ ਕੀਤਾ, ਪਰ ਆਪਾਂ ਕੀਤਾ ਫੋਕ ਤਰੀਕੇ ਨਾਲ, ਦੇਸੀ ਰੋ ਤਰੀਕਾ, ਜੋ ਪੰਜਾਬ ਦਾ ਕਲਚਰ ਆ ਉਹਦੇ 'ਚ ਕੀ ਚੀਜ਼ਾਂ ਨੇ। ਚੜੇਲ ਦਾ ਥੋਟ ਪ੍ਰੋਸੈਸ ਉਹੀ ਆ, ਹੈ ਨਾ, ਜਿਵੇਂ ਅਸੀਂ ਬਿਲਕੁਲ ਪੇਂਡੂ ਫੈਮਿਲੀ ਹਾਂ ਅਤੇ ਉਹ ਪੇਂਡੂ ਮਾਹੌਲ ਦੀ ਉਹ ਚੜੇਲ ਆ ਉੱਥੋਂ ਹੀ ਗਈ ਆ, ਸੋ ਉੱਥੇ ਹੀ ਖੇਡਦੀ ਆ। ਕਿਸੇ ਇੰਟਰਵਿਊ 'ਚ ਵੀ ਕਿਹਾ ਸੀ ਕਿ ਹਿੰਦੀ ਚੜੇਲਾ ਕੀ ਹੁੰਦੀ ਆ ਨਾ, ਪਿੱਛੇ ਗਾਣਾ ਵੱਜਦਾ ਮੈਂ ਕਿਹਾ ਦੂਜੇ ਟਾਈਪ ਦੇ ਹੁੰਦੇ ਆ ਮੀ ਜੇ ਤੂੰ ਮਾਰ, ਹੈ ਨਾ, ਮੈਂ ਕਿਹਾ ਇੱਕ ਆ ਚੜੇਲਾ, ਹਾਏ ਬੂ ਹਾਏ ਬੂ ਹਾਏ ਬੂ ਹਾਏ ਬੂ, ਮੈਂ ਕਿਹਾ ਕਰਕੇ ਬਿਲਕੁਲ ਜੀ, ਤਾਂ ਹੀ ਤਾਂ ਟਾਈਟਲ ਰੱਖਿਆ ਵੀ ਜੱਟ ਨੂੰ ਚੜੇਲ ਟਕਰੀ, ਔਰ ਟਾਈਟਲ ਟਰੈਕ ਵੀ ਇਹ ਹੈ ਵੀ ਆਪਾਂ ਘੁੱਟ ਕੇ ਸੀਨੇ ਦੇ ਨਾਲ ਲਾ ਲਈ। ਸੋ ਚੜੇਲ ਸਾਨੂੰ ਕਮੈਂਟ ਬਹੁਤ ਆਉਂਦੇ ਨੇ, ਕਹਿੰਦੇ ਯਾਰ ਇੰਨੀ ਸੋਹਣੀ ਚੜੇਲ ਤੁਸੀਂ ਰੱਖ ਲਈ। ਮੈਂ ਕਿਹਾ ਜੀ ਫਿਰ ਮੈਂ ਉਹੀ ਗੱਲ ਦੱਸਦਾ ਰਹਿਣਾ, ਉਹ ਮੈਂ ਕਿਹਾ ਪਤੰਦਰੂ ਅਸੀਂ ਨਹੀਂ ਰੱਖੀ, ਚੜੇਲ ਨੇ ਅੱਗੇ ਜੱਟ ਰੱਖਿਆ ਯਾਰ, ਸਮਝੋ। ਬਿਲਕੁਲ, ਜਦੋਂ ਫਿਲਮ ਮਤਲਬ ਸੈੱਟ 'ਤੇ ਚੱਲ ਰਹੀ ਸੀ, ਇੱਕ ਹੁੰਦਾ ਜਦੋਂ ਇੱਕ ਇਹ ਜਿਹਾ ਮੋਸ਼ਨ ਜਿਹਾ ਕ੍ਰੀਏਟ ਹੁੰਦਾ, ਮਿਊਜ਼ਿਕ ਚੱਲ ਰਿਹਾ ਹੋਵੇ, ਬੰਦਾ ਕਹਿੰਦਾ ਯਾਰ ਮੈਂ 2 ਮਿੰਟ ਨਾਲ ਜਾ ਕੇ ਆਉਣਾ, ਚਲੋ ਕਿਤੇ ਵੀ ਜਾਣਾ ਜਿਵੇਂ ਉਹ ਆਪਣੇ, ਤਾਂ ਉੱਥੇ ਫਿਰ ਨਾਲ ਤਾਂ ਬੰਦਾ ਰੱਖਣਾ ਪੈਂਦਾ ਨਾ, ਬੰਦਾ ਇਕੱਲੇ ਤਾਂ ਰੂਹ ਹੀ ਨਹੀਂ ਪੈਂਦੀ ਹੋਣੀ ਜਾਣ ਦੀ ਕਿਤੇ। ਨਹੀਂ ਉੱਥੇ ਐਂ ਕੋਈ ਡਰ ਡੁਰ ਵਾਲਾ ਮਾਹੌਲ ਥੋੜ੍ਹੀ ਸੀ, ਸ਼ੂਟ 'ਤੇ ਤਾਂ ਜਮ੍ਹਾਂ ਹੀ ਡਰ ਵਾਲਾ ਮਾਹੌਲ ਨਹੀਂ ਸੀ, ਕੋਈ ਡਰਾਉਣੀ ਚੀਜ਼ ਹੀ ਨਹੀਂ ਕੀਤੀ ਮੈਂ। ਮੈਂ ਤਾਂ ਮੰਗਦੀ ਰਹਿ ਗਈ, ਮੈਂ ਕਿਹਾ ਮੈਨੂੰ ਕੋਈ ਦੋ ਮੌਕਾ ਦਿਉ ਮੈਨੂੰ, ਮੈਂ ਇਹਨਾਂ ਨੂੰ ਡਰਾਵਾਂ, ਮੈਨੂੰ ਕੋਈ ਮੌਕਾ ਨਹੀਂ ਲੱਭਿਆ ਹਜੇ ਤੱਕ। ਮੈਨੂੰ ਲੱਗਦਾ ਮੈਨੂੰ ਰੀਲਾਂ ਰੂਲਾਂ ਦੇ ਦਿਲਾਂ ਦੀ ਖੱਬੇ ਸੱਜੇ 2-3 ਆਈਡੀਆ ਚੱਕਣ ਗਈ, ਉੱਥੇ 2-3 ਵਾਰੀ ਆਪ ਡਰ ਗਈ ਇਹ ਤਾਂ ਇੰਨੀ ਡਰੀ ਉੱਥੇ, ਤੁਹਾਡੇ ਪਿੱਛੇ ਕੁਛ ਹੈਗਾ ਡਰ ਗਿਆ ਜਾ ਯਾਰ, ਇਹ ਤਾਂ ਇਹ ਵਾਕਈ ਸ਼ਰੀਰ ਯਾਰ, ਰਵਾਹ ਨਾ ਦਿਓ ਤੁਸੀਂ ਉਹ ਦੇਖ ਕਪਰ ਕਿਉਂ ਦੀ, ਓ ਮਾਈ ਗੋਡ, ਰੁਪੀ ਰੋਣਾ ਨਹੀਂ 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 ਰੁਪੀ ਰੁਪੀ ਹੈ ਨਹੀਂ ਕੁਛ ਲਈ ਹੈ, ਸਰ ਕੋ ਤਾਂ ਪਤਾ, ਹਾਂ ਪਲਾਨ ਕੀਤਾ ਹੋਣਾ, ਸਾਡਾ ਪਲਾਨ ਸੀ ਜੀ, ਇਹ ਸਾਡਾ ਪਲਾਨ ਹੈਗਾ ਸੀ ਇਹਨਾਂ ਨੂੰ ਡਰਾਉਣਾ, ਸਪੈਸ਼ਲ ਤੁਹਾਨੂੰ ਡਰਾਉਣਾ ਸੀ, ਮੈਨੂੰ ਪਤਾ ਇਹਨਾਂ ਡਰਨਾ ਹੀ ਨਹੀਂ, ਇਹਨਾਂ ਨਹੀਂ ਡਰਨਾ, ਕਦੇ ਨਹੀਂ ਕਿਤੇ ਡਰਨਾ ਵਾ, ਦੇਖ ਲਓ। ਅਤੇ ਭਾਅ ਜੀ ਕੀ ਕਹਿਣਾ ਚਾਹੁੰਦੇ ਹੋ, ਬਹੁਤ ਚਲੋ ਪਹਿਲਾਂ ਇੱਕ ਸੱਚੋ ਜਿਹੜਾ ਫਿਲਮ ਦੇ ਜਿਹੜਾ ਤੁਹਾਡਾ ਪੋਸਟਰ ਹੈਗਾ, ਛੋਟੇ ਜਦੋਂ ਹੁੰਦੇ ਸੀ ਅਤੇ ਮਾਵਾਂ ਮੰਜੇ ਨਾਲ ਬੰਨ੍ਹਦੇ ਨੇ, ਤੁਹਾਨੂੰ ਵੀ ਕਦੇ ਬੰਨਿਆ ਸੀ? ਮੈਨੂੰ ਤਾਂ ਕਈ ਵਾਰੀ ਕਹਿੰਦੇ ਪਾਵੇ ਨਾਲ ਹੀ ਬੰਨਿਆ, ਜਿਵੇਂ ਬੰਦਾ ਰੁੱਸ ਜਾਣਾ, ਕਦੇ ਹੋਇਆ ਕਦੇ ਐਵੇਂ ਪਹਿਲਾਂ? ਨਹੀਂ ਮੇਰੇ ਨਾਲ, ਮੇਰੇ ਨਾਲ ਤਾਂ ਨਹੀਂ ਇੱਦਾਂ ਹੋਇਆ ਜੀ ਵੀ ਮੈਨੂੰ ਕਦੇ ਮੰਜੇ ਨਾਲ ਬੰਨਿਆ ਹੋਵੇ, ਅਤੇ ਮੈਂ ਘਰ 'ਚ ਬੜਾ ਲਾਡਲਾ ਰਿਹਾ ਵਾਂ ਜੀ, ਅਤੇ ਮੰਮੀ ਸਾਡੇ ਬਹੁਤ, ਉਹ ਤਾਂ ਬਿਲਕੁਲ ਹੀ ਨਹੀਂ ਇੱਦਾਂ, ਤਾਂ ਮਾਰ ਨਹੀਂ ਸਕਦੇ ਹੈਗੇ, ਬਸ ਐਂ ਕਹਿੰਦੇ ਨਾ ਤੈਨੂੰ ਕਿਹਾ, ਬਸ ਇੰਨਾ ਹੈ ਉਹਨਾਂ ਦੀ, ਵੱਧ ਤੋਂ ਵੱਧ ਡਾਂਟ ਆ ਮੇਰੇ ਮੰਮੀ ਦੀ ਬਸ, ਹੈ ਨਾ। ਸੋ ਬਿਲਕੁਲ ਹੀ ਨਹੀਂ, ਅਤੇ ਡੈਡੀ ਵੀ ਮੇਰੇ ਬਹੁਤ ਕੂਲ ਸੀਗੇ ਉਹਨਾਂ ਦੇ, ਇੱਕ ਤਾਂ ਜ਼ਰੂਰ ਹੁੰਦਾ ਸੀ ਜਦੋਂ ਨਾ ਅਸੀਂ ਚਲੋ 2 ਪਰ ਲੜਦੇ ਹੁੰਦੇ ਸੀ ਨਾ, ਕਹਿੰਦੇ ਤੁਹਾਨੂੰ ਗੇਟ ਤੋਂ ਬਾਹਰ ਛੱਡ ਜਾਣਾ, ਫਿਰ ਜਦੋਂ ਕਹਿੰਦੇ ਟਿੱਕ ਕੇ ਬਹਿਣਾ ਕਰਨਾ ਵੀ ਗੇਟ ਤੋਂ ਬਾਹਰ ਪਤਾ ਨਹੀਂ ਹੈ ਕਿ ਉਦੋਂ ਲੱਗਦਾ ਹੁੰਦਾ ਸੀ। ਹਾਂ ਇਹ ਹੁੰਦਾ ਬਾਈ, ਬਹੁਤ ਆਇਆ ਤੈਨੂੰ ਵਾਲਾ ਪੁਲਿਸ ਆ ਜੂਗੀ, ਤੈਨੂੰ ਫਲਾਣਾ ਫੜ ਲੂਗਾ, ਤੈਨੂੰ ਚੋਰ ਲੈ ਜਾਣਗੇ, ਤੈਨੂੰ ਆਹ ਹੋ ਜੂਗਾ, ਤੈਨੂੰ ਉਹ ਹੋ ਜੂਗਾ, ਇਹ ਚੀਜ਼ਾਂ ਨੇ। ਤੁਹਾਨੂੰ ਲੈ ਕੇ ਗਏ ਕਿਤੇ ਚੋਰ? ਮੇਰੇ 'ਚ ਕੀ ਸੀ ਚੋਰਾਂ ਨੂੰ ਲੈ ਜਾਣੇ ਵਾਲਾ? ਮੈਂ ਫੁੱਲ ਸ਼ਰਾਰਤੀ ਲੱਗਦਾ ਸ਼ਰੀਫ ਹੋਣ ਕੇ, ਮੈਂ ਫੁੱਲ ਸ਼ਰਾਰਤੀ ਸੀਗਾ। ਛੋਟਿਆਂ ਦਾ ਕਦੇ ਡਰੇ ਵੈਸੇ, ਕਦੇ ਭੂਤ ਆਈ ਵੈਸੇ, ਸੱਚੀ ਕਦੇ ਭੂਤ ਆਈ ਕਦੇ? ਹਾਂਜੀ ਅਸੀਂ ਬਹੁਤ ਬੁਲਾਉਂਦੇ ਸੀ ਉਹ ਚੈਟ 'ਤੇ, ਤੁਸੀਂ ਸਮਝ ਹੀ ਲੱਗਣੀ ਕਿਹੜਾ ਵੀਜੀ ਬੋਰਡ ਕਿਹੜਾ ਹੈ, ਇਹ ਸ਼ਹਿਰੀਆਂ ਦੀਆਂ ਖੇਡਾਂ ਨੇ ਯਾਰ, ਆਪਣੇ ਵਾਲੇ ਕਿੱਥੇ, ਆਪਣੇ ਵਾਲੇ ਦੇ ਸੀ ਯਾਰ, ਉਹ ਭਾਈ ਫਲਾਣੀ ਜਗ੍ਹਾ ਦਿਓ ਫਿਰਦਾ ਹੈ ਭੂਤਾਂ ਨੇ ਆਪਣੇ ਉੱਥੇ, ਉਹ ਭੋਲੇ ਕੀ ਮੋਟਰ ਦੇ ਨੇ ਬਾਈ, ਰਾਤ ਨੂੰ ਫੜਦੀਆਂ ਨੇ ਬਾਈ, ਹਾਂ ਬਾਈ ਪੈਂਦੀ ਆ ਬਾਈ, ਚਪੇੜ ਮਾਰ ਗਈ ਪਿੱਛੇ ਦੀ ਬਾਈ ਉਹਦੇ, ਹਾਂ ਕਹਿੰਦੇ ਲਾਸ਼ ਪਾਤੀ ਉਹਦੇ, ਹੁਣ ਤੱਕ ਪਿਆ ਹੋਇਆ ਕਹਿੰਦੇ ਰੈਪਟਾ,
ਆਪਣਾ ਵਿਕਾਸ ਵੀ ਦੱਸਦਾ ਹੁੰਦਾ, ਉਹ ਕਹਿੰਦਾ ਕਹਿੰਦਾ ਸਾਡੇ ਪਤਾ ਨਹੀਂ ਕਿਹਦੇ ਮਾਰੀ ਚਪੇੜ, ਕਹਿੰਦਾ ਉਹਦੇ ਐਂ ਪੰਜ ਉਂਗਲੀਆਂ ਛਾਪਣੀਆਂ, ਕਹਿੰਦਾ ਹਾਲੇ ਤੱਕ ਉਵੇਂ ਹੀ ਨੇ ਛਾਪੀਆਂ ਹੋਈਆਂ। ਫਿਰ ਕਹਿੰਦੇ ਜੱਟ ਕਹਿੰਦੇ ਦੋ ਪੈਗ ਲਾ ਕੇ ਜਾਈ ਉੱਥੇ ਨਾ, ਬੜਾ ਡਰ ਲੱਗਦਾ ਰਾਤ ਨੂੰ। ਹਾਂ ਫਿਰ ਫੜ ਲਿਆ ਜੱਟ ਨੂੰ, ਚੜੇਲ ਟੱਕਰੀ ਵਾਲਾ ਮਾਹੌਲ। ਅਤੇ ਕੀ ਕਹਿਣਾ ਚਾਹੁੰਦੇ ਹੋ ਹੁਣ, ਫਿਲਮ ਆ ਰਹੀ 15 ਮਾਰਚ ਨੂੰ, ਅਤੇ ਇੱਕ ਜੇਕਰ ਚੜੇਲ ਦੀ ਥੋੜ੍ਹੀ ਆਵਾਜ਼ ਹੀ ਕੱਢ ਦਿਓ, ਥੋੜ੍ਹਾ ਹੈ ਕਰਕੇ, ਥੋੜ੍ਹਾ ਜਿਹਾ ਸਾਡੇ ਅਸੀਂ ਅਸੀਂ ਡਰਨਾ ਚਾਹੁੰਦੇ ਤੁਹਾਨੂੰ, ਕਿਸੇ ਅਸੀਂ ਤਾਂ ਡਰ ਲਈਏ। ਮੈਂ ਸੱਚੀ ਤੁਹਾਨੂੰ ਡਰਾਉਣਾ ਚਾਹੁੰਦੀ ਹਾਂ ਪਰ ਤੁਸੀਂ ਡਰਨਾ ਨਹੀਂ। ਰੂਪੀ ਜੀ ਨੂੰ ਡਰਾ ਦੇ ਤਾਂ ਚਲੇ, ਡਰ ਗਏ, ਅੱਖਾਂ 'ਚ ਪਾਣੀ ਆ ਗਿਆ ਸੀ ਸੱਚੀ। ਰੂਪੀ ਤਾਂ ਡਰ ਗਈ ਸੀ, ਮੈਂ ਤਾਂ ਉਦੋਂ ਹੀ ਡਰ ਜਾਂਦੀ ਹਾਂ। ਆ ਤਾਂ ਕੱਲ੍ਹ ਚਲੋ ਭਾਅ ਜੀ, ਅਸੀਂ ਤੁਸੀਂ ਬਹੁਤ ਸਮਾਂ ਦਿੱਤਾ ਸਾਨੂੰ, ਅਤੇ ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ? ਬਸ ਇਹੀ ਕਹਿਣਾ ਜੀ ਕਿ 15 ਮਾਰਚ ਨੂੰ ਆ ਰਹੀ ਹੈ ਜੀ ਫਿਲਮ ਜੱਟ ਨੂੰ ਚੜੇਲ ਟੱਕਰੀ, ਔਰ ਜਿੱਦਾਂ ਦੀਆਂ ਤੁਸੀਂ ਸਾਡੀਆਂ ਗੱਲਾਂ ਸੁਣੀਆਂ, ਫੁੱਲ ਆਫ ਇੰਟਰਟੇਨਮੈਂਟ, ਹਾਸੇ ਠੱਠਿਆਂ ਵਾਲੀ ਫਿਲਮ ਹੈ, ਤੁਹਾਨੂੰ ਇੱਕ ਡਿਫਰੈਂਟ ਤਰੀਕੇ ਨਾਲ ਹਸਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਇੱਕ ਡਿਫਰੈਂਟ ਅਟੈਂਪਟ ਹੈ ਸਾਡਾ, ਔਰ ਇਕੱਲਾ ਇਹੀ ਨਹੀਂ ਹੈ ਕਿ ਤੁਹਾਨੂੰ ਹਸਾਵਾਂਗੇ, ਮੈਨੂੰ ਲੱਗਦਾ ਕਿ ਇੱਕ ਚੰਗਾ ਸਬਜੈਕਟ ਹੈ ਜਿਹਦੇ ਚੰਗੀਆਂ ਗੱਲਾਂ ਨੇ, ਪਿਆਰ ਦੀ ਅਹਿਮੀਅਤ ਆ, ਵੈਲਿਊ ਹੈ, ਉਹ ਸਾਰੀਆਂ ਚੀਜ਼ਾਂ ਤੁਹਾਨੂੰ ਦੱਸਾਂਗੇ। ਸੋ 15 ਮਾਰਚ ਨੂੰ ਮਿਲਾਂਗੇ ਜੀ ਸਿਨੇਮੇ ਘਰਾਂ ਦੇ ਵਿੱਚ, ਮੈਂ ਗਿੱਪੀ ਗਰੇਵਾਲ, ਯਾਨੀ ਕਿ ਜੱਟ, ਇੱਧਰ ਚੜੇਲ ਅਤੇ ਇੱਧਰ ਵਿੱਚ ਵਿਚਾਲਾ ਸਾਡਾ ਫਸਿਆ ਹੋਇਆ, ਹਾਂ ਛੋਟੀ ਚੜੇਲ। ਸੋ ਇਹ ਜਿਉਂਦੀ ਜਾਗਦੀ ਚੜੇਲ ਆ, ਇਹ ਮਰੀ ਹੋਈ ਚੜੇਲ ਆ। ਹੋ ਜੱਟ ਨੂੰ ਚੜੇਲ ਟੱਕਰੀ ਓਏ ਆਪਾਂ ਘੁੱਟ ਕੇ ਸੀਨੇ ਦੇ ਨਾਲ ਲਾ ਲਈ, ਉਹ ਜੱਟ ਨੂੰ ਚੜੇਲ ਟੱਕਰੀ। ਚਲੋ ਬਾਈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਰਗੁਣ ਜੀ, ਰੂਪੀ ਜੀ। ਸੋ ਫਿਲਮ 15 ਮਾਰਚ ਨੂੰ ਵਰਲਡ ਵਾਈਡ ਸਿਨੇਮਿਆਂ 'ਚ ਰਿਲੀਜ਼ ਹੋ ਰਹੀ ਹੈ, ਹਮੇਸ਼ਾ ਮੈਸੇਜ ਦਿੰਦੀ ਹੈ ਜਦੋਂ ਗਿੱਪੀ ਭਾਅ ਜੀ ਦੀ ਫਿਲਮ ਆਉਂਦੀ ਹੈ ਤਾਂ ਜਿਹੜਾ ਇਹ ਮਾਹੌਲ ਹੈਗਾ, ਇਹ ਮਾਹੌਲ ਉੱਥੇ ਨਹੀਂ ਹੋਏਗਾ, ਉੱਥੇ ਇੱਕ ਬਹੁਤ ਵਧੀਆ ਜਿਹੜੇ ਮੈਸੇਜ ਕ੍ਰੀਏਟ ਕਰਨਗੇ, ਅਤੇ ਸਾਰੇ ਗੱਡੇ ਜਿਵੇਂ ਟਰਾਲੀਆਂ ਪਹਿਲਾਂ ਆਉਂਦੇ ਸੀ, ਅਸੀਂ ਕਹਿੰਦੇ ਹਾਂ ਕਿ ਲੋਕ ਉੱਦਾਂ ਪਹੁੰਚਣਾ। ਸੋ ਜੁੜਿਓ ਡੇਲੀ ਪੋਸਟ ਪੰਜਾਬੀ ਨਾਲ, ਕੈਮਰਾ ਪਰਸਨ ਅਭਿਸ਼ੇਕ ਦੇ ਨਾਲ ਸੰਦੀਪ ਕੰਬੋਜ, ਚੰਡੀਗੜ੍ਹ।